ਖਦੀਜਾ ਸਖਾਵਤੇ ਨੇ ਕੁਦਰਤ ਨੁਮਾਏ ਖਦੀਜਾ ਸਖਾਵਤੇ ਮੈਂ ਕੁਦਰਤ ਨੁਮਾ ਹੈ ਮੁਹੰਮਦ ਕੋ ਜਿਸਨੇ ਗਨੀ ਕਰ ਦਿਆ ਕੁਦਰਤ ਨੁਮਾ ਹੈ ਮੁਹੰਮਦ ਕੋ ਜਿਸਨੇ ਗਨੀ ਕਰ ਦਿਆ ਹੈ ਬੁੱਤੋਂ ਕੇ ਪੁਜਾਰੀ ਜੋ ਖਾਤੇ ਥੇ ਇਸਕਾ ਬੁੱਤੋਂ ਕੇ ਪੁਜਾਰੀ ਜੋ ਖਾਤੇ ਥੇ ਇਸਕਾ ਵੋ ਖਾਨਾ ਜ਼ੁਬਾਨੋਂ ਪੇ ਕਲਮਾ ਜਨਾਬੇ ਰਸੂਲ ਕਾਇਨਾਤ ਨੇ ਇਵੇਂ ਜਨਾਬੇ ਬੀਬੀ ਖਦੀਜਾ ਦਾ ਨਾਮ ਚਾਹਿਆ ਬੀਬੀ ਅੱਗੇ ਬਾਤ ਕਹਿੰਦੀ ਯਾਰ ਰਸੂਲ ਅੱਲਾ ਜੇ ਤੱਕ ਉਸ ਬੁੜੀ ਨੂੰ ਭੁੱਲੇ ਨਹੀਂ ਜਦੋਂ ਇੱਥੇ ਯਾਰ ਰਸੂਲ ਅੱਲਾ ਜੇ ਤੱਕ ਉਸ ਬੁੜੀ ਨੂੰ ਭੁੱਲੇ ਨਹੀਂ ਤੁਹਾਡੀ ਜ਼ਿਹਨ 'ਚ ਖਦੀਜਾ ਦਾ ਕਿਆ ਮੁਕਾਮ ਹੈ ਕਿ ਅਜੇ ਤੱਕ ਭੁੱਲ ਹੀ ਨਹੀਂ ਪਾ ਰਹੇ ਨਬੀ ਇੱਕ ਵਾਰ ਫਰਮਾਇਆ ਤੁਹਾਡੇ ਜ਼ਿਹਨ 'ਚ ਫਾਤਿਮਾ ਦਾ ਮੁਕਾਮ ਕੀ ਫਾਤਿਮਾ ਦਾ ਮੁਕਾਮ ਕਿਹਾ ਦੱਸੀ ਕਿ ਜਿਸ ਦੀ ਤਾਜ਼ੀਮਾ ਸੇ ਕਾਇਨਾਤ ਦਾ ਨਬੀ ਖੜਾ ਹੁੰਦਾ ਹੈ ਇਹ ਗੱਲ ਕੀਤੀ ਕਾਇਨਾਤ ਅਰਬੀ ਮੁਸਕਰਾ ਕੇ ਆਪਣੀ ਜ਼ੌਜਾ ਮੁਤਹਰਾ ਦੇ ਪਾਸੇ ਲੈ ਕੇ ਆਖਿਆ ਆਓ ਫਿਰ ਮੈਂ ਤੁਹਾਨੂੰ ਖਦੀਜਾ ਦਾ ਮੁਕਾਮ ਦੱਸਾਂ ਅਗਰ ਤੁਹਾਡੇ ਜ਼ਿਹਨ 'ਚ ਫਾਤਿਮਾ ਦਾ ਮੁਕਾਮ ਹੈ ਆਓ ਫਿਰ ਮੈਂ ਤੁਹਾਨੂੰ ਖਦੀਜਾ ਦਾ ਮੁਕਾਮ ਦੱਸਾਂ ਆਪਣੀ ਜ਼ੌਜਾ ਮੁਤਹਰਾ ਦੇ ਪਾਸੇ ਲੈ ਕੇ ਕਿਹੜੀ ਗੱਲ ਕੀਤੀ ਆਈ ਯੇ ਬਹਾਦਤੀ ਮੇਰੇ ਮਸ਼ੀਅਤ ਮੇਂ ਵੋ ਮੌਜਜ਼ਾ ਮਸ਼ੀਅਤ ਮੇਂ ਵੋ ਮੌਜਜ਼ਾ ਹੈ ਖੁਦਾ ਜਿਸ ਕੀ ਚਾਦਰ ਸੇ ਜ਼ਾਹਿਰ ਨਬੀ ਪਾਕ ਮੁਸਕਰਾ ਕੇ ਆਪਣੀ ਜ਼ੌਜਾ ਮੁਤਹਰਾ ਦੇ ਪਾਸੇ ਲੈ ਕੇ ਆਂਦੇ ਅਜੇ ਮੁਕਾਮ ਮੁਖਿਆ ਨੇ ਆਪਣੀ ਜ਼ੌਜਾ ਮੁਤਹਰਾ ਦੇ ਪਾਸੇ ਲੈ ਕੇ ਕਿਹੜੀ ਗੱਲ ਕੀਤੀ ਆਈ ਯੇ ਬੱਲੇਲ ਜ਼ੁਲਫੋਂ ਕਾ ਚਰਚਾ ਹੁਆ ਹੈ
سر چاو حلالیو نبی پاک مسکراتے میرے جب مقام ہو کیا نہیں یہ بلیل زلفوں کا چرچا ہوا ہے اکیلی خدیجہ کا خرچا ہوا ہے اکیلی خدیجہ کا خرچا ہوا ہے میرے در پہ تم خود ہلائی گئی تم خود ہلائی گئی ہو محمد خدیجہ کو لینے خدیجہ سلام اللہ سر چاؤ حلالیو خدا جو زمانے کو لگتا رہا ہے علی بھی تیرے گھر میں پلتا خدیجہ میں کیا رابطہ ہے وہ نادے علی یہ